ਡੈਲ ਦਾ ਵਾ ਠੀਕ ਆ ਕਿਹਦਾ ਵਾ ਡੈਲ ਦਾ ਤੂੰ ਲੈ ਕੇ ਕਿਉਂ ਨਹੀਂ ਗਿਆ ਹਲ ਤੱਕ ਪੂਰਾ ਪਿੰਡ ਕਹਿੰਦਾ ਵੀ ਤੇਰੀ ਮੂਵੀ ਦੇਖਣੀ ਵੀਰੇ ਤੂੰ ਕਿਤੇ ਬਾਹੂਬਲੀ ਚ ਆ ਗਿਆ ਵੀ ਤੇਰੀ ਮੂਵੀ ਦੇਖਣੀ ਨਹੀਂ ਨਹੀਂ ਮੈਂ ਆਪ ਬੜਾ ਵੱਡਾ ਜੋਬ ਵੀ ਆ ਪਰ ਫੜਾਦਰ ਵਾ ਚੈੱਕ ਕਰ ਲਵਾਂ ਕਿਤੇ ਮਸਲਾ ਤਾਂ ਨਹੀਂ ਕੋਈ ਤੇ ਵਿਆਹ ਵਾਲੀ ਫਿਲਮ ਜਮ੍ਹਾਂ ਹੋ ਜਾਏਗੀ ਭਾਜੀ ਜਮ੍ਹਾਂ ਹੋ ਜਾਏਗੀ ਅੱਛਾ ਹਰ ਚੀਜ਼ ਜਮ੍ਹਾਂ ਹੋ ਜਾਏਗੀ ਯਾਰ ਉਹ ਨਾ ਬੈਟਰੀ ਦੀ ਨਾ ਗਰੰਟੀ ਨਾ ਦਿਆ ਕਰੋ ਯਾਰ ਫਿਰ ਪਿੱਛੋਂ ਗਰੰਟੀ ਮਿਲਦੀ ਨਹੀਂ ਹੈਗੀ ਅਤੇ ਬਾਅਦ 'ਚੋਂ ਬੜਾ ਮਸਲਾ ਬਣਦਾ ਵਾ ਉਹਨੂੰ ਕਿ ਚੈੱਕ ਵਰੰਟੀ ਹੈ ਬਸ ਜੀ ਹੋਰ ਉਸ ਤੋਂ ਇਲਾਵਾ ਕੋਈ ਚੀਜ਼ ਨਹੀਂ ਹੈ ਮਿਰਜ਼ਾ ਹਾਂ ਕੱਲ੍ਹ ਇੱਕ ਕਸਟਮਰ ਬੜਾ ਮਸਲਾ ਬਣਾ ਰਿਹਾ ਸੀ ਉਹਨੂੰ 3500 ਰੁਪਈਆ ਦੇ ਕੇ ਜਾਣ ਛੜਾਈ ਬੜੀ ਮੁਸ਼ਕਲ ਉੱਥੋਂ ਅਤੇ ਦੁਕਾਨਦਾਰੀ ਦੇਖਣੀ ਪੈਂਦੀ ਹੈ ਇਸ ਤਰ੍ਹਾਂ ਰੈਪੂਟੇਸ਼ਨ ਖਰਾਬ ਹੁੰਦੀ ਹੈ ਮੌਕੇ 'ਤੇ ਗੱਲ ਕਰਕੇ ਕਲੀਅਰ ਕਰਿਆ ਕਰੋ ਯਾਰ ਵਾਲੇਕੁਮ ਸਲਾਮ ਕੀ ਹਾਲ ਆ ਭਾਅ ਜੀ ਹਾਂਜੀ ਠੀਕ ਠਾਕ ਭਾਅ ਜੀ ਕੰਪਿਊਟਰ ਲੈਣਾ ਸੀ ਜੀ ਹਾਂਜੀ ਕੰਪਿਊਟਰ ਕੰਪਿਊਟਰ ਲੈਣਾ ਕੰਪਿਊਟਰ ਹੁੰਦਾ ਵਾ ਕੰਪਿਊਟਰ ਕੀ ਵੇਖਣਾ ਹੈ ਉਹ ਮੈਂ ਆਪਣਾ ਹਿਸਾਬ ਕਿਤਾਬ ਦੇਖਣ ਡਿਆ ਕਿੰਨੇ ਕੁ ਤੱਕ ਦਾ ਲੈਣਾ ਕਿੰਨੀ ਕੁ ਰੇਂਜ ਆ ਤੁਹਾਡੀ ਹੈ ਕਿੰਨੇ ਕੁ ਤੱਕ ਦਾ ਲੈਣਾ ਵਾ ਰੇਂਜ ਹੂੰ ਜਿੰਨੇ ਵਾਲਾ ਮਰਜ਼ੀ ਦੇ ਦਿਓ ਨਹੀਂ ਕੋਈ ਤੁਹਾਡੀ ਰੇਂਜ ਹੁੰਦੀ ਹੈ ਤੁਹਾਨੂੰ ਕਾਹਦੇ ਵਾਸਤੇ ਚਾਹੀਦਾ ਵਾ ਕੀ ਕਰਨਾ ਤੁਸੀਂ ਵਿਆਹ ਵਾਲੀ ਫਿਲਮ ਵਿੱਚ ਜਮ੍ਹਾਂ ਕਰਾਉਣੀ ਜੀ ਵਿਆਹ ਵਾਲੀ ਫਿਲਮ ਵਾਸਤੇ ਲੈਣਾ ਕਿ ਕੰਮ ਸ਼ਾਮ ਵਾਸਤੇ ਲੈਣਾ ਕੋਈ ਆਫਿਸ ਆਫਿਸ ਰੱਖਣਾ ਹਾਂ ਜੀ ਨਾ ਵਿਆਹ ਵਾਲੀ ਫਿਲਮ ਵਿੱਚ ਜਮ੍ਹਾਂ ਕਰਾਉਣੀ ਆ ਉਹ ਬੰਦਾ ਕਿਤੇ ਰਾਤੇ ਬਰਾਤੇ ਦੇਖ ਲੈ ਜਦੋਂ ਮਰਜ਼ੀ ਜਮ੍ਹਾਂ ਨਹੀਂ ਹੁੰਦੀ ਕਾਪੀ ਹੁੰਦੀ ਹੈ ਭਾਈ ਆਹ ਹੋਈ ਜਮ੍ਹਾਂ ਅੱਛਾ ਵੀ ਜਿਹੜੇ ਭੈਣ ਭਰਾ ਇਕੱਠੇ ਹੋਏ ਆ ਗਏ ਆਪਣਾ ਮੂਵੀ ਦੇਖ ਲਈ ਸ਼ੁਕਰ ਵੇਲਾ ਕਰ ਲਿਆ ਸਹੀ ਨਹੀਂ ਹਾਂ ਤੇ ਕਿੰਨੇ ਪੈਸੇ ਲੱਗ ਜਾਣਗੇ ਭਾਜੀ ਤੇ ਤੁਸੀਂ ਸੀਡੀ ਪਲੇਅਰ ਲੈ ਲਓ ਉਹਦੇ ਵਾਸਤੇ ਸੀਡੀ ਪਲੇਅਰ ਸਹੀ ਰਹਿਣਾ ਤੁਹਾਨੂੰ ਆਹੋ ਨਹੀਂ ਨਹੀਂ ਸੀਡੀ ਪਲੇਅਰ ਜਮ੍ਹਾਂ ਨਹੀਂ ਨਾ ਹੁੰਦੀ ਫਿਰ ਸੀਡੀ ਪਲੇਅਰ ਖਰਾਬ ਹੋ ਜਾਂਦਾ ਵਾ ਅੱਛਾ ਯਾਨੀ ਕਿ ਜਦੋਂ ਦਿਲ ਕੀਤਾ ਐਂ ਕਰ ਕਰਕੇ ਬੱਚੇ ਤੋੜ ਦਿੰਦੇ ਭਾਜੀ ਜਦੋਂ ਦਿਲ ਕੀਤਾ ਉਦੋਂ ਚਲਾ ਲਿਆ ਆਹੋ ਜਾਂ ਫਿਰ ਇਦਾਂ ਕਰ ਲਾਂਗੇ ਨਾ ਜੇ ਕਿਤੇ ਬਹੁਤਾ ਮਹਿੰਗਾ ਹੋਇਆ ਮੈਂ ਉਹ ਫਿਲਮ ਜਮ੍ਹਾਂ ਕਰਕੇ ਤੁਹਾਡੇ ਕੋਈ ਰੱਖ ਦੂੰ ਜਦੋਂ ਕਿਤੇ ਭੈਣ ਭਰਾ ਆਏ ਤੁਹਾਡੇ ਕੋਲ ਇੱਥੇ ਆ ਕੇ ਫਿਲਮ ਦੇਖ ਕੇ ਸਹੀ ਨਹੀਂ ਨਾਲ ਭੈਣ ਭਰਾ ਵੀ ਲੈ ਆਉਂਦੇ ਇੱਥੇ ਆਹੋ ਫਿਲਮ ਦੇਖਣ ਵਾਸਤੇ ਉਹ ਪੂਰਾ ਮਹੱਲਾ ਦੇਖਣਾ ਹੋਊਗਾ ਤਾਜੇ ਦੇ ਵਿਆਹ ਦੇ ਮੂਵੀ ਸਹੀ ਨੇ ਪਰ ਸਾਰੇ ਇੱਥੇ ਬਹਿ ਕੇ ਦੇਖਿਆ ਕਰੇ ਨਾਲੇ ਚਾਹਵਾਂ ਚੂਹਾਂ ਪੀਤੀਆਂ ਅੱਛਾ ਰੇਂਜ ਨਹੀਂ ਤੁਸੀਂ ਆਪਣੀ ਦੱਸ ਰਹੇ ਕਿੰਨੀ ਕੁ ਰੇਂਜ ਤੱਕ ਲੈਣਾ ਵਾ ਰੇਂਜ ਦੇਖੋ ਤੁਸੀਂ ਦੇਖੋ ਚੀਜ਼ ਅੱਛੀ ਹੋਣੀ ਚਾਹੀਦੀ ਫਿਲਮ ਵਿੱਚ ਸਹੀ ਸਾਰੀ ਜਮ੍ਹਾਂ ਹੋ ਜਾਵੇ ਹੋਰ ਚਾਹ ਮੰਗਾਈਏ ਤੁਹਾਡੇ ਵਾਸਤੇ ਚਾਹ ਲੈ ਲਓ ਨਹੀਂ ਨਹੀਂ ਪੜੋ ਬਿਸਮਿਲਲਾ ਹੈ ਮੰਗਾ ਲੈਣੇ ਚਾਹ ਤੁਹਾਡੇ ਵਾਸਤੇ ਹੈ ਚਾਹ ਮੰਗਾਈਏ ਆਹੋ ਮੰਗਾ ਲਓ ਫਿਰ ਮੈਂ ਆਹ ਪੀ ਲੈਣਾ ਤੁਸੀਂ ਆਪਣੇ ਲਈ ਮੰਗਾ ਲਓ ਨਹੀਂ ਨਹੀਂ ਮੰਗਾ ਲੈਂਦੇ ਹਾਂ ਉਹ ਨਹੀਂ ਭਾਜੀ ਵੀ ਸਹੀ ਕਾ ਕੋਈ ਨਹੀਂ ਮੈਂ ਥੋੜ੍ਹੀ ਪੀਣਾ ਕੀ ਵੇਖਣ ਕਿਦਾ ਆ ਅੱਛਾ ਤੁਸੀਂ ਆਪਣੀ ਰੇਂਜ ਨਹੀਂ ਦੱਸ ਰਹੇ ਰੇਂਜ ਕਿੰਨੀ ਹੈ ਤੁਹਾਡੀ ਰੇਂਜ ਭਾਜੀ ਜਿੰਨੀ ਮਰਜ਼ੀ ਹੋਵੇ ਇੱਕ ਵਾਰੀ ਪਿੰਡ ਵਾਲੇ ਬਹਿ ਜਾ ਹੋਵੇ ਤਾਜ਼ਾ ਕੰਪਿਊਟਰ ਲੈ ਕੇ ਆਇਆ ਕਿੰਨਾ ਭਾਅ ਜਮ੍ਹਾਂ ਹੋਣੇ ਚਾਹੀਦੇ ਭੈਣ ਭਰਾ ਰਾਜ਼ੀ ਹੋਣੇ ਚਾਹੀਦੇ ਭਾਜੀ ਸਹੀ ਨਹੀਂ ਭਾਜੀ ਕੀ ਵੇਖਣ ਆਇਆ ਯਾਰ ਮੇਰੀ ਆਪਣੀ ਕੋਈ ਪਰੋਸ ਪ੍ਰਾਈਵੇਟ ਹੁੰਦੀ ਆ ਤੁਸੀਂ ਹੁਣ ਮੈਂ ਇੱਧਰੋਂ ਦੀ ਆਵਾਂ ਮੈਂ ਤਾਂ ਘੁੰਮਣੇ ਆ ਤੂੰ ਲਾਜ਼ਮੀ ਦੇਖਣਾ ਮੈਂ ਤਾਂ ਆਪਣਾ ਕੰਮ ਕਰ ਜਿਹੜੇ ਕੰਮ ਆਇਆ ਵਾ ਕੰਪਿਊਟਰ ਇਹ ਵਾ ਭਾਜੀ ਕਿ ਮੋਟੀ ਚਾਦਰ ਲੱਗੀ ਹੋਵੇ ਐਡਾ ਐਡਾ ਮੋਟਾ ਹੋਵੇ ਚਾਦਰ ਦਾ ਨਹੀਂ ਹਿਸਾਬ ਹੁੰਦਾ ਵੀ ਤੂੰ ਤਸਲਾ ਲੈਣ ਆਇਆ ਵਾ ਤੂੰ ਨਹੀਂ ਨਹੀਂ ਭਾਰਾ ਹੋਵੇ ਨਾ ਤਾਂ ਕਿ 2 ਕਿਲੋ ਦੀ ਮੋਟੀ ਚਾਦਰ ਬਿਸਕੁਟ ਤਾਂ ਮਗਾਉ ਨਾ ਚਲੋ ਅੱਛਾ ਤੂੰ ਮੇਰੀ ਪੀ ਗਿਆ ਮੈਨੂੰ ਵੈਸੇ ਬੜਾ ਚੁਭਣ ਨੇ ਸਾਹਮਣੇ ਆਵਾਜ਼ ਦੇ ਕੋ ਭਾਜੀ ਹੋਰ ਮਗਾ ਲਓ ਕਿਹੜਾ ਬੰਦ ਕਰ ਗਿਆ ਆ ਕੀ ਕੀਤਾ ਚਾਹ ਬੇਸਮੈਂਟ ਚੋਂ ਖਿੱਚਣ ਨੇ ਵਧੀਆ ਗਾ ਚਾਹ ਸਵਾਦ ਆ ਭਾਜੀ ਦਿਓ ਫਿਰ ਕੰਪਿਊਟਰ ਮੈਂ ਲੈ ਕੇ ਜਾਵਾਂ ਘਰ ਤੁਸੀਂ ਆਪਣੀ ਰੇਂਜ ਦੱਸੋ ਨਾ ਮੈਂ ਤੁਹਾਨੂੰ ਉਸ ਹਿਸਾਬ ਨਾਲ ਦਿਖਾਈਏ ਰੇਂਜ 8th ਜਨਰੇਸ਼ਨ ਆ ਜਿਹੜਾ 6th ਜਨਰੇਸ਼ਨ ਆ ਉਹ 5th ਜਨਰੇਸ਼ਨ ਆ ਵਿਆਹ ਵਾਲਾ ਕਿਹੜਾ ਵਾ
ਯਾਰ ਵਿਆਹ ਚ ਤੂੰ ਜਿਹੜੇ ਚ ਮਰਜ਼ੀ ਕਾਪੀ ਕਰਕੇ ਦੇਖੀ ਜਾ ਵਿਆਹ ਉਹਦੇ ਭਾਵੇਂ ਆਹ ਇੱਕ ਸਾਈਡ ਨਾ ਹੀ ਹੋਵੇ ਕਿਹੜੀ ਆਹ ਸਾਈਡ ਨਾ ਹੋਵੇ ਆਹ ਵੀ ਇਹਦੇ ਨਾਲ ਵੀ ਚੱਲ ਜੂਗਾ ਫਿਲਮ ਵੀ ਦੇਖਣੀ ਨਾ ਆਪਾਂ ਇੱਕ ਸਾਈਡ ਨਾਲ ਵੀ ਚੱਲ ਜੂ ਗੁਜ਼ਾਰਾ ਇੱਕ ਸਾਈਡ ਨਾਲ ਕਿੱਦਾਂ ਮਿਲ ਜਾਣਾ ਯਾਰ ਤੂੰ ਪਹਿਲੇ ਨਹੀਂ ਦੇਖਿਆ ਕਦੇ ਕੰਪਿਊਟਰ ਤੋਂ ਆ ਦੇਖ ਨਾ ਭਰਾਵਾ ਉਹ ਯਾਰ ਮੇਰਾ ਆਪਣਾ ਵਾ ਇਹ ਨਹੀਂ ਵਿਕਣਾ ਨਹੀਂ ਨਹੀਂ ਤੁਸੀਂ ਵੀ ਤਾਂ ਕਿਸੇ ਕੋਲ ਆਈ ਆ ਇੱਥੇ ਸਾਡੇ ਆਪਣੇ ਡਾਕੂਮੈਂਟਸ ਵਗੈਰਾ ਸਾਰਾ ਕੁਝ ਹੁੰਦਾ ਵਾ ਆ ਤਾਂ ਤੂੰ ਕੱਢ ਲਾ ਯਾਰ ਤੂੰ ਇਹੀ ਲੈਣਾ ਵੀ ਪਤਾ ਕਿੰਨੇ ਦਾ ਵਾ ਕਿੰਨੇ ਦਾ ਵਾ 2-10 ਦਾ ਵਾ ਬਸ 2-10 ਦਾ ਹੋਰ ਦਿਖਾ ਦੇ ਉਹਦੀ ਇੱਕ ਸਾਈਡ ਹੀ ਹੋਵੇ ਕੋਈ ਰੌਲਾ ਨਹੀਂ ਉਹ ਯਾਰ ਇੱਕ ਸਾਈਡ ਨਹੀਂ ਹੁੰਦੀ ਭਰਾਵਾ 2 ਸਾਈਡਾਂ ਨਾਲ ਮਿਲਣਾ ਵਾ ਤੈਨੂੰ ਇੱਧਰ ਆ ਇਹ ਦੇਖ ਲਾ ਤੇ ਤੁਹਾਨੂੰ ਫਾਈਨਲੀ ਉਹ ਇੱਧਰੋਂ ਦੇਖ ਲੈ ਇੱਥੇ ਖੜ ਕੇ ਨਜ਼ਰ ਆ ਜਾਣਾ ਵਾ ਤੂੰ ਅੰਦਰ ਆ ਗਿਆ ਆ ਵੇਖ ਲਓ ਸਾਰਿਆਂ ਦੀ ਇੱਕੋ ਇੱਕ ਸਾਈਡ ਆ ਇਹ ਡੈਲ ਦਾ ਵਾ ਠੀਕ ਆ ਕਿਹਦਾ ਵਾ ਡੈਲ ਦਾ ਤੂੰ ਲੈ ਕੇ ਕਿਉਂ ਨਹੀਂ ਗਿਆ ਹਾਲ ਤੱਕ ਮਾਡਲ ਆ ਡੈਲ ਦਾ ਯਾਰ ਤੂੰ ਕਿੱਥੋਂ ਆ ਗਿਆ ਚਾਹ ਬੜੀ ਮਜ਼ਾ ਸੀ ਭਾਜੀ ਯਾਰ ਆ ਦੇਖ ਲੈ ਤੇਰੀ ਮੁਨਾਸਬ ਰੇਂਜ ਆ ਕੋਰ i7 10th ਜਨਰੇਸ਼ਨ ਆ ਠੀਕ ਆ ਹਾਂ ਸਮਝ ਆਉਂਦਾ ਕਿ ਨਹੀਂ ਇਹ ਤਾਂ ਵਜ਼ਨ ਕਿੰਨਾ ਵੀਰੇ ਇਹ 2-10 ਦਾ ਵਾ ਵਜ਼ਨ ਦੇ ਹਿਸਾਬ ਨਾਲ ਨਹੀਂ ਹੁੰਦਾ ਯਾਰ ਮਾਡਲ ਹੁੰਦਾ ਇਹਦੀ ਅਸੈਸਰੀ ਹੁੰਦੀ ਹੈ ਵਿੱਚ ਜੀ ਹਾਰਡ ਜੀਪੀ ਦਾ ਹਿਸਾਬ ਕਿਤਾਬ ਹੁੰਦਾ ਵਾ ਤੁਹਾਨੂੰ ਪਤਾ ਨਹੀਂ ਕਿੰਨੇ ਭੇਜਤਾ ਕੰਪਿਊਟਰ ਲੈਣ ਇੱਥੇ ਇਹਨੂੰ ਬਾਹਰ ਤਾਂ ਕੱਢ ਆ ਬਾਹਰ ਇਹਦੇ ਨਾਲ ਦਾ ਪਿਆ ਤੇ ਆ ਦੇਖ ਲਾ ਦਿਖਾ ਜਰਾ ਇੱਕ ਮਿੰਟ ਦਿਖਾ ਦੇ ਜਰਾ ਹੌਲਾ ਉਹ ਯਾਰ ਹੌਲਾ ਕੀ ਪਤੀਲਾ ਲੈਣਾ ਵਾ ਤੂੰ ਹੈ ਜਿੱਡਾ ਹਲਕ ਹੁਣ ਐਪਲ ਦੇ ਜਿਹੜੇ ਉਹ ਤਾਂ ਬਿਲਕੁਲ ਸਲਿਮ ਹੁੰਦੇ ਆ ਮੈਨੂੰ ਵੈਸੇ ਤੂੰ ਬੜਾ ਚੁਭਣ ਰਿਹਾ ਉਹ ਪਰਾਉਣੇ ਨੂੰ ਚਾਹ ਪੁੱਛੀ ਤੀ ਆ ਸਾਡੇ ਆਈ ਜਿੰਨੀ ਮਰਜ਼ੀ ਚਾਹ ਪੀ ਜਾਈ ਉਹਦਾ ਤੈਨੂੰ ਸਾੜ ਕਾਹਦਾ ਯਾਰ ਤੂੰ ਆਪ ਨੂੰ ਕਿਹਾ ਪੀ ਲਾ ਮੈਂ ਪੀ ਲਈ ਮੈਂ ਪੁੱਛਿਆ ਸੀ ਨਵੀਂ ਮੰਗਾ ਦਾ ਤੁਹਾਨੂੰ ਨਵੀਂ ਮੰਗਾਉਣੀ ਉਹਦੇ 'ਚ ਕਿਤੇ ਉਹਨੇ ਲੇਬਲ ਸੁੱਟੇ ਹੋਣੇ ਸੀ ਇਹ ਵੀ ਨਵੀਂ ਸੀਗੀ ਦੱਸੀ ਯਾਰ ਚੱਲਦੇ ਆ ਫਿਰ ਕੰਪਿਊਟਰ ਦੇ ਆਹ ਕਿੰਨੇ ਦਾ ਇਹ ਬਹੁਤ ਮਹਿੰਗਾ ਵਾ ਇਹ ਨਹੀਂ ਤੇਰੀ ਪਹੁੰਚ ਉਹ ਨਹੀਂ ਉਹਨੇ ਪੈਸੇ ਟੈਂਸ਼ਨ ਲਿਆ ਕਲਰ ਵੀ ਸੋਹਣਾ ਦਾ ਹਨਾ ਹੈ ਕਲਰ ਵੀ ਸੋਹਣਾ ਰਤਾ ਇਹ ਹਨਾ ਆਹੋ ਲਾਲ ਲਾਲ ਜਿਹਾ ਨਾ ਹਾਂ ਇਹ ਲੱਥਣਾ ਇਹ ਕਿੰਨੇ ਦਾ ਵਾ ਹੌਲਾ ਉਹ ਯਾਰ ਵਜ਼ਨ ਨਹੀਂ ਹੁੰਦਾ ਇਹਦਾ ਮੇਰੀ ਜਾਨ ਮੇਰੀ ਤੁਹਾਡੇ ਪਿੰਡ ਕਦੇ ਕਿਸੇ ਲੈਪਟਾਪ ਨਹੀਂ ਲਿਆ ਨਹੀਂ ਉਹ ਲੈਪਟਾਪ ਨਹੀਂ ਕੰਪਿਊਟਰ ਲੈਣਾ ਇਹ ਲੈਪਟਾਪ ਆ ਤੇ ਤੂੰ ਮੇਰਾ ਦਿਮਾਗ ਖਾਈ ਜਾਣ ਡਿਆ ਮੈਨੂੰ ਕੰਪਿਊਟਰ ਦੇ ਮੈਂ ਘੰਟਾ ਵੇਲਾ ਬਹਿਸ ਕਰੀ ਜਾਣ ਡਿਆ ਹੁਣ ਕੰਪਿਊਟਰ ਦਾ ਦੌਰ ਨਹੀਂ ਰਿਹਾ ਲੈਪਟਾਪ ਦਾ ਦੌਰ ਆ ਉਹ ਜਾਣਦੇ ਯਾਰ ਉਹਨੇ ਕਿਹਾ ਕੰਪਿਊਟਰ ਲੈ ਕੇ ਆਗਾ ਇੱਕ ਜਿਹਾ ਹੋਰ ਲੈ ਪੁੱਤ ਇਹਨਾਂ ਦੋਵਾਂ ਚੋਂ ਸਹੀ ਕਿਹੜਾ ਹਾਂ ਸਹੀ ਆ ਕਿ ਹਾਂ ਸਹੀ ਆ ਉਹ ਯਾਰ ਮਿੱਲਾਂ ਫੈਕਟਰੀਆਂ ਨੇ ਲੈ ਕੇ ਜਾਂਦੇ ਆ ਤੇਰਾ ਤੂੰ ਤੇ ਫਿਲਮ ਦੇਖਣੀ ਆ ਆਹੋ ਤੂੰ ਲਾਜ਼ਮੀ ਫਿਲਮ ਦੇਖਣੀ ਤੂੰ ਕਿ ਸਾਈਡ ਹੀ ਆ ਫਿਲਮ 'ਚ ਨਹੀਂ ਨਹੀਂ ਵਿਆਹ ਦੀ ਫਿਲਮ ਆ ਚਾਹ ਚੜੇ ਆ ਤੂੰ ਵਿਆਹ ਦੀ ਫਿਲਮ 'ਚ ਕੀ ਆ ਤੂੰ ਹੀਰੋ ਆ ਉਹ 'ਚ ਲਾਲਾ ਵਾ ਸੀਡੀ ਪਲੇਅਰ ਲੈ ਯਾਰ ਕੰਮ ਕਾ ਤੂੰ ਮੇਰਾ ਵੀ ਦਿਮਾਗ ਖਾਉਣ ਡਿਆ ਤੂੰ ਨਹੀਂ ਨਹੀਂ ਸੀਡੀ ਪਲੇਅਰ ਨਹੀਂ ਮੈਂ ਲੈਣਾ ਉਹਨਾਂ ਨੇ ਕਿਹਾ ਵੀ ਕੰਪਿਊਟਰ ਲੈ ਕੇ ਆਉਣਾ ਵਿੱਚ ਜਮ੍ਹਾਂ ਕਰਾਉਣੀ ਮੂਵੀ ਖਿਆਲ ਹੀ ਵਿਆਹ ਦੀ ਮੂਵੀ ਜਮ੍ਹਾਂ ਕਰਾ ਕੇ ਪੂਰੇ ਪਿੰਡ ਨੇ ਦੇਖਣੀ ਹੈ ਪਿਤਾਜੇ ਦਾ ਵਿਆਹ ਹੋਇਆ ਮੂਵੀ ਆ ਪੂਰਾ ਪਿੰਡ ਕਹਿੰਦਾ ਵੀ ਤੇਰੀ ਮੂਵੀ ਦੇਖਣੀ ਵੀਰੇ ਤੂੰ ਕਿਤੇ ਬਾਹੂਬਲੀ 'ਚ ਆ ਗਿਆ ਵੀ ਤੇਰੀ ਮੂਵੀ ਦੇਖਣੀ ਨਹੀਂ ਨਹੀਂ ਮੈਂ ਆਪ ਬੜਾ ਵੱਡਾ ਜੋਬ ਵੀ ਆ ਚੀਜ਼ ਸਹੀ ਦੇਣੀ ਮੈਨੂੰ ਮੇਰਾ ਦੋ ਨੰਬਰ ਹੀ ਨਹੀਂ ਕਰਨੀ ਤੇਰੀ ਰੇਂਜ ਦੱਸ ਤੂੰ ਰੇਂਜ ਤੇਰੀ ਕਿੰਨੀ ਆ ਰੇਂਜ ਉਹ ਪੈਸੇ ਦੀ ਟੈਨਸ਼ਨ ਨਾ ਲੈ ਤੂੰ ਮੈਨੂੰ ਦੱਸ ਵੀ ਇਹਨਾਂ 'ਚ ਹਾ ਕਿੰਨੇ ਦਾ ਵਾ ਤੇ ਹਾ ਕਿੰਨੇ ਦਾ ਵਾ ਆਹ ਲੈ ਲਵਾਂ ਭਾਵੇਂ ਲਾਲ ਜਿਹਾ ਪਿਆ ਸੋਹਣਾ ਵੀ ਲੱਗੂਗਾ ਯਾਰ ਇਹ ਮਿੱਲਾਂ ਫੈਕਟਰੀਆਂ ਦੇ ਵਿੱਚ ਚੱਲਦਾ ਵਾ ਇਹ ਤੂੰ ਵਿਆਹ ਦੀ ਮੂਵੀ ਦੇਖਣੀ ਤੂੰ ਕੋਈ ਸਸਤਾ ਜਿਹਾ ਲੈ ਲਾ ਇਹ ਪਤਾ ਕਿੰਨੇ ਦਾ ਵਾ ਨਹੀਂ ਮਿੱਲਾਂ ਫੈਕਟਰੀਆਂ ਚੱਲਦਾ ਵਾ ਜੇ ਸਾਡੇ ਰੱਖੇਗਾ ਸਾਡੇ ਕਿਤੇ ਲਹਿਰਾਂ ਹੋਣ ਲੱਗ ਜਾਣੀਆਂ ਸਾਡੇ ਵੀ ਸਹੀ ਚੱਲੂਗਾ ਵੀ ਸਾਡੇ ਕਿਤੇ ਇੰਨਾ ਪਾਣੀ ਖਰਾਬ ਹੋ ਜਾਣਾ ਤੂੰ ਦੱਸ ਕਿੰਨੇ ਦਾ ਵਾ ਜਿਹੜੇ ਟੋਟਲ ਕੰਪਿਊਟਰ ਦਾ ਕੰਮ ਜਾਣਦੇ ਉਹਨਾਂ ਵਾਸਤੇ ਤੂੰ ਜੱਬ 'ਚ ਪੈ ਜਾਣਾ ਵਾ ਤੈਨੂੰ ਵਿੰਡੋ ਕਰਨੀ ਹੁੰਦੀ ਆ ਕੀ ਆ ਵਿੰਡੋ ਵਿੰਡੋ ਵੱਡੀ ਲਾਈ ਆ ਵਿੱਚ ਸਵੇਰੇ ਬੱਚੇ ਖੜੋ ਕੇ ਦੇਖਦੇ ਸ਼ਰਾਰਤਾਂ ਕਰਦੇ ਬਾਜਾਂ ਦਿੰਦੇ ਤਾਜ਼ਾ 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 ਵਿੰਡੋ ਸਾਡੇ ਕੋਲ ਹੈ ਬੜੀ ਸੋਹਣੀ ਵਿੰਡੋ ਵਿੱਚ ਹਵਾ ਆਉਂਦੀ ਅਲਮੋਨੀਅਮ ਦੀ ਲਾਈ ਵੱਡੀ ਕਰਕੇ ਤਿੰਨਾਂ ਰੈਕਾਂ ਵਾਲੀ ਇੰਜ ਕਰਕੇ ਬੰਦ ਹੁੰਦੀ ਆ ਉਹ ਵਿੰਡੋ ਨਹੀਂ ਇਹ 'ਚ ਵਿੰਡੋ ਹੁੰਦੀ ਆ ਇੱਕ ਤੁਹਾਨੂੰ ਵਿੰਡੋ ਦਾ ਹੀ ਨਹੀਂ ਪਤਾ ਤੂੰ ਇਹਨੂੰ 220 ਦਾ ਵਾ ਤੈਨੂੰ ਪਤਾ ਕਿੱਦਾਂ ਮਹਿੰਗਾ ਵਾ ਇਹ ਕਿੰਨੇ ਦਾ 220 ਦਾ 220 ਦਾ ਬਸ 220 ਹੈ ਤੇਰੇ ਕੋਲ ਉਹ ਜਾ ਗੱਲਾਂ ਕਰਨ ਡਿਆ ਵੀ 220 ਹੈ ਤੇਰੇ ਕੋਲ ਹੋਰ ਪਹਿਲੇ ਦੱਸਦਾ ਵੀ 220 ਦਾ ਵਾ ਆ ਲੈ ਫੜ ਇੱਕ 100 ਹੋ ਗਿਆ 210 ਆ ਲੈ ਹੋ ਗਿਆ 220 ਇਹਨੂੰ ਪਾਓ ਛਾਪਰ 'ਚ ਲਿਫਾਫਾ ਪਾ ਚਲੋ ਅੱਲਾ ਖੈਰ ਹੈ ਗੱਲਾਂ ਕਰਨ ਅਸੀਂ 220 ਤੇ ਕੋਈ ਨਹੀਂ ਹੈਗੇ ਤੇ ਕੋਈ ਨਹੀਂ ਹੈਗੇ ਅਸੀਂ ਕਿਤੇ ਪਾਗਲ ਆ ਘਰੋਂ ਚੀਜ਼ ਲੈਣਾ ਪੈਸਾ ਲੈ ਕੇ ਨਹੀਂ ਆਊਗਾ ਮੈਂ ਉਹ 220 ਦਾ ਮਤਲਬ ਹੁੰਦਾ ਵਾ 220,000 ਦਾ ਉਹ ਸ਼ਾਰਟ ਲਫ਼ਜ਼ ਬੋਲੀ ਦੇ ਆ ਮਾਰਕੀਟ 'ਚ ਲੱਖ ਨਹੀਂ ਬੋਲਦੇ ਤੂੰ ਆਈਫੋਨ ਲੈਣ ਗਿਆ ਉਹਨਾਂ ਨੇ ਕਹਿਣਾ 130,000 ਦਾ
ਉਹਦਾ ਮਤਲਬ ਇਹ ਨਹੀਂ ਕਿ 130 ਰੁਪਏ ਦਾ ਵਾ, ਇੱਧਰ ਫੜਾ। ਓਏ ਭਾਈ ਬੰਦੇ ਦੀ ਇੱਕ ਜਵਾਨ ਨੂੰ ਤੁਸੀਂ 220 ਕਿਹਾ, ਮੈਂ ਤੈਨੂੰ 220 ਦੇਤਾ, ਇਹ ਹੁਣ ਮੇਰਾ ਹੋ ਗਿਆ। ਦੋ ਲੱਖ ਵੀ ਹੁੰਦਾ ਕਿਸੇ ਨੂੰ ਪੁੱਛ ਲਾ ਮਾਰਕੀਟ 'ਚ 220 ਦਾ ਕੀ ਮਤਲਬ ਆ। ਅੱਛਾ ਯਾਨੀ ਕਿ ਹੁਣ ਮੈਂ ਤੈਨੂੰ ਫੋਨ ਦੇਤੇ ਤੇ ਇਹਦਾ ਮਤਲਬ ਇਹ ਤੂੰ ਮੈਨੂੰ ਧੋਖਾ ਕਰੇਗਾ ਤੇ ਤੇਰੀ ਇੱਕ ਚੀਜ਼ ਮੈਂ ਲੈ ਲਈ ਆ। ਉਹ ਜਾ ਕੇ ਕਿਤੋਂ ਡੈੱਕ ਬਣਵਾ ਕੇ ਤੇ ਬੂਫਰ ਲੈ ਤੂੰ ਕਿੱਦਾਂ ਦਾ ਤੇਰਾ ਮਹਾਂਤਰਾ ਵਾ ਕਿ ਜ਼ਿੰਗਰ ਸ਼ਵਾਰਮਾ ਲਿਆ ਮੇਰੇ ਕੋ ਹੈ। ਇਹਨੂੰ ਛਾਪਰ 'ਚ ਪਾ ਕੇ ਨਹੀਂ ਤੇਰੇ ਕੋ ਛਾਪਰ ਹੈ ਮੈਂ ਝੋਲਾ ਮੇਰੇ ਕੋ ਹੈਗਾ ਮੈਂ ਝੋਲਾ ਲਿਆਉਂਗਾ। ਮੇਰੇ ਕੋ ਮਾਰ ਨਾ ਖਾਲੀ ਹੁਣ ਤੂੰ ਲੈ ਮਾਰ ਨਾ ਖਾਲੀ ਮੈਂ ਤੇਰੇ ਕੋ ਪੜਦਾ ਵਾ ਮਾਰ ਨਾ ਖਾਲੀ ਮੈਂ ਤੇਰੇ ਕੋ ਸੋਨ ਮਾਰ ਕੇ ਮੈਂ ਤੇਰੇ ਦੰਦਾਂ ਪਾ ਦੇਣੀ ਆ ਬਦਤਮੀ ਕਰਦਾ ਕੋ ਤੂੰ। ਉਹ ਯਾ 220 ਦਾ ਵਾ ਅੱਲਾ ਦੇ ਬੰਦੇ ਆ 220 ਦਾ ਮਤਲਬ ਆ ਨਹੀਂ ਆ 220 ਨਹੀਂ ਹੋਰ ਹੁਣ ਤੂੰ ਕੀ ਚਾਹਨਾ ਤੂੰ ਮੇਰੇ ਕੋ ਵਿਆਹ ਕਹਿ 10 ਵੀ ਵੱਧ ਲੈਣੇ ਆ ਰਿਸ਼ਵਤ ਤੋਂ ਬਗੈਰ ਨਾ ਕੋਈ ਕੰਮ ਕਰੇ ਨੂੰ ਪਾ ਛਾਪਰ 'ਚ ਮੈਂ 20 ਰੁਪਏ ਤੈਨੂੰ ਹੋਰ ਦਿੰਦਾ ਵਾਂ ਮੈਂ ਕਿਰਾਇਆ ਲਾਉਣਾ ਵਾਂ। ਉਹ ਕਿੱਥੋਂ ਆ ਗਿਆ ਸੁਬਾਹ ਸੁਬਾਹ ਮੇਰੀ ਚਾਹ ਵੀ ਪੀ ਗਿਆ ਉੱਥੋਂ ਇੱਧਰ ਫੜਾ ਇਹਨੂੰ ਵਿੰਡੋ ਦਾ ਤੈਨੂੰ ਪਤਾ ਨਹੀਂ ਕਿ ਐਡੀ ਮਹਿੰਗੀ ਚੀਜ਼ ਲੈਣ ਡਿਆ ਤੂੰ ਉਹ ਵਿੰਡੋ ਦਾ ਪਤਾ ਮੈਨੂੰ ਓਏ ਵਿੰਡੋ ਦਾ ਤੈਨੂੰ ਨਹੀਂ ਪਤਾ ਦੱਸੀ ਜਾਣ ਡਿਆ ਤੂੰ ਗੱਲਾਂ ਕਰਨ ਡਿਆ ਇਹ ਹੁਣ ਮੇਰਾ ਵਾ ਹਾਂ ਇਹ ਉੱਤੇ ਜਿੰਨੇ ਵੀ ਪੈਣੇ ਹੁਣ ਮੈਨੂੰ ਬਚਤ ਆਉਣੀ ਚਾਹੀਦੀ ਦੀ ਓਏ ਇਹਦਾ ਸ਼ਾਪਰ ਨਹੀਂ ਇਹਨੇ ਦਾ ਜਿੰਨੇ ਦੀ ਤੂੰ 220 ਰੁਪਏ 'ਚ ਕੀ ਹੁੰਦਾ ਵਾ ਫੜ ਆ ਨਹੀਂ ਆਉਣਾ ਹੁਣ ਇਹਦਾ ਚਾਰਜਰ 1500 ਰੁਪਏ ਦਾ ਵਾ ਤੂੰ ਚਾਰਜਰ ਨਾ ਦੇ ਤੂੰ ਆਹਾ 220 ਤੈਨੂੰ ਕਿਹਾ ਮੈਂ 220 ਕੱਢ ਕੇ ਦੇਤਾ ਵੇ ਤਾਂ ਸਹੀ ਇਹ ਹੁਣ ਕੰਪਿਊਟਰ ਮੇਰਾ ਵਾ ਆ ਤੂੰ ਚਾਰਜਰ ਦੀ ਗੱਲ ਨਾ ਦੱਸ ਮੇਰੇ ਕੋ ਪਿਆ ਮੋਟੀ ਪੈਂਦਾ ਲਾ ਮੈਂ ਲਾ ਲਾਂਗਾ ਆਪੇ ਇਹਨੂੰ ਓਏ ਲੈਪਟਾਪ ਦਾ ਹੋਰ ਚਾਰਜਰ ਹੁੰਦਾ ਵਾ ਤੂੰ ਅੱਲਾ ਦੇ ਬੰਦੇ ਜਾ ਓਏ ਬਣਵਾ ਲਾ ਯਾਰ ਜਾ ਯਾਰ ਦਿਮਾਗ ਨਾ ਖਰਾਬ ਕਰ ਸੁਬਾ ਸੁਬਾਈ ਅੱਗੇ ਆਈ ਦੁਕਾਨ ਆ ਉੱਥੋਂ ਦੇਖ ਲੈ ਜਾ ਕੇ ਨਹੀਂ ਹਾਂ ਤਾਂ ਫਿਰ ਜਾਤੀ ਤੈਨੂੰ ਪੈਸੇ ਪੂਰੇ ਦੇਣ ਡਿਆ ਵਾ ਤੂੰ ਮੇਰਾ ਇਹਦਾ ਦਿਮਾਗ ਕਿਉਂ ਖਰਾਬ ਕੀਤਾ ਮੇਰਾ ਟਾਈਮ ਕੋ ਭੰਨਿਆ ਫਰੇਨਾ 220 ਦਾ ਮਤਲਬ ਹੁੰਦਾ ਵਾ 220 ਅੱਛਾ ਮਾਰਕੀਟ 'ਚ ਕਿਸੇ ਨੂੰ ਪੁੱਛ ਲਾ ਉਹਨਗੇ 220 ਦਾ ਕੀ ਮਤਲਬ ਆ 220 ਦਾ ਕੰਪਿਊਟਰ ਲੈਣਾ ਕਹਿੰਦੇ 220 ਦਾ ਉਹ ਯਾਰ ਤੂੰ ਮੇਰੀ ਗੱਲ ਸੁਣ ਹੁਣ ਮੇਰਾ ਦਿਮਾਗ ਖਰਾਬ ਕਰਨ ਡਿਆ ਕਰ ਬੰਦੇ ਇਕੱਠੇ ਤੂੰ 220 ਨਹੀਂ ਕਿਹਾ ਮੈਨੂੰ ਮੈਂ ਤਾਂ 220 ਨਹੀਂ ਦਿੱਤਾ ਦੱਸ ਮੈਨੂੰ ਹੁਣ ਤੂੰ ਚਾਹੁੰਦਾ ਕੀ ਆ ਯਾਰ ਤੂੰ ਸਿਰਫ ਵੀਡੀਓ ਦੇਖਣੀ ਨਾ ਵਿਆਹਲੀ ਹਾਂ ਤੂੰ ਕੋਈ ਸਸਤਾ ਦੇਖ ਲਾ ਤੂੰ ਆ ਫੜ ਆਪਣੇ ਪੈਸੇ ਨਾਲੇ ਸਸਤੇ 'ਚ ਵੀ ਹੋ ਜਾਏਗੀ ਜਮਾ ਹੈਂ ਸਸਤੇ 'ਚ ਜਮਾ ਹੋ ਜਾਏਗੀ ਵਿਆਹਲੀ ਫਿਲਮ ਯਾਰ ਹੋ ਤੂੰ ਯਾਰ ਇਹ ਜਿਨ੍ਹਾਂ ਨੇ ਕੋਰਸ ਵਗੈਰਾ ਕੀਤੇ ਉਹਨਾਂ ਵਾਸਤੇ ਹੁੰਦਾ ਵਾ ਤੇ ਕੋਰਸ ਕੀਤਾ ਮੈਂ 3 ਮਹੀਨੇ ਪੂਰੇ ਮੈਨੂੰ ਆਰਾਮ ਨਹੀਂ ਸੀ ਆਉਂਦਾ ਲੱਤ ਸੌਂ ਗਈ ਸੀ ਮੇਰੀ 3 ਮਹੀਨੇ ਹੋਮਿਓਪੈਥਿਕ ਦਾ ਕੋਰਸ ਕੀਤਾ ਲਵਾ ਹੁਣ ਕੰਪਿਊਟਰ ਵਗੈਰਾ ਜਿਹੜੇ ਤੂੰ ਕੋਰਸ ਕੀਤੇ ਨਾ ਆਪਣਾ ਲਾਇ ਕਰਾਇਆ ਕੰਪਿਊਟਰ ਦਾ ਕੋਰਸ ਹੋਰ ਹੁੰਦਾ ਕਾਲਜ ਜਾਣਾ ਪੈਂਦਾ ਫੀਸਾਂ ਦੇਣੀਆਂ ਪੈਂਦੀਆਂ ਉਹ ਵੀ ਫੀਸਾਂ ਦਿੱਤੀਆਂ ਵਾ ਡਾਕਟਰ ਨੂੰ ਫੀਸ ਦੇ ਕੇ ਕੀਤਾ ਕੋਰਸ ਮੈਂ ਸਾਰਾ ਮੇਰੇ ਪਰਚੀਆਂ ਰਸੀਦਾਂ ਸਾਰੀਆਂ ਪਈਆਂ ਯਾਰ ਤੂੰ ਕੋਈ ਹਲਕਾ ਜਿਹਾ ਦੇਖ ਲੈ ਤੇਰੀ ਮਿਹਰਬਾਨੀ ਅੱਗੋਂ ਦੇਖ ਲੈ ਯਾਰ ਓਏ ਹਲਕਾ ਹੁਣ ਕਿਤੇ ਹਵਾ ਵੀ ਉੱਡਦਾ ਫਿਰੇ ਮੈਂ ਕੰਪਿਊਟਰ ਕਿੱਥੋਂ ਲੱਭਦਾ ਫਿਰੂੰਗਾ ਬੱਚੇ ਚੱਕ ਕੇ ਲੈਣ ਭਾਰਾ ਹੋਵੇ ਵੱਜਣੀ ਹੋਵੇ ਔਰ ਨਾਲੇ ਇਹ ਜਿੱਥੇ ਰੱਖਣਾ ਮਨ ਆ ਹਿੱਲਦਾ ਨਾ ਇਹ ਹਿੱਲੇ ਨਾ ਆ ਇਦਾਂ ਲਾ ਕੇ ਨਾ ਇੱਥੇ ਆ ਚਾਰਾਂ ਸਾਈਡ ਤੇ ਲਾ ਕੇ ਤਾਂ ਕਿੱਲ ਠੋਕ ਦੇਣੇ ਤਾਂ ਕਿ ਵਿੱਚ ਹਿੱਲੇ ਹੀ ਨਾ ਆਇਆ ਬੱਚਿਆਂ ਕੋ ਹਿਲਾ ਨਾ ਸਕੇ ਤੇਰੇ ਨੈ ਨਕਸ਼ ਨਹੀਂ ਹੈਗੇ ਤੂੰ ਕੰਪਿਊਟਰ ਲਵੇ ਜਾ ਯਾਰ ਤੇਰੇ ਦਿਮਾਗ ਨਾ ਖਰਾਬ ਕਰ ਮੇਰਾ ਹੈ ਜਾ ਕੰਮ ਕਰਨੇ ਆ ਚੰਗਾ ਭਲਾ ਪਤਾ ਨਹੀਂ ਕਿੱਥੋਂ ਆ ਗਿਆ ਯਾਰ ਤੂੰ ਪਿੰਡੂ ਹੀ ਆ ਇਹ ਹੁਣ ਮੇਰਾ ਫੜ 220 ਹਾਂ ਫਿਰ ਫੜਾ ਦੇਣਾ ਮੈਂ ਚੈੱਕ ਕਰ ਲਵਾਂ ਕਿਤੇ ਮਸਲਾ ਤਾਂ ਨਹੀਂ ਕੋਈ ਉਹ ਕਿਤੇ ਬੱਲਾ ਲਿਆ ਵਾ ਤੂੰ ਸਟੋਕ ਚੈੱਕ ਕਰਨ ਨੇ ਆਇਆ ਦਾ ਠਹਿਰ ਠਹਿਰ ਇੱਕ ਮਿੰਟ ਹੈ ਆ ਸ਼ੀਸ਼ੀ ਫੜਾ ਜਿਹੜਾ ਆ ਸ਼ੀਸ਼ੀ ਫੜਾ ਉਹ ਕਿਹੜੀ ਸ਼ੀਸ਼ੀ ਆਹ ਵਾਲੀ ਓਏ 220 ਦਾ ਵਾ ਸੁੱਟਣ ਵਾਲੇ ਕਿਤੇ ਐਟਮਾ ਕਰਨ ਡਿਆ ਤੂੰ ਤੇ ਤੈਨੂੰ 220 ਦੇਤਾ ਹੁਣ ਮੇਰਾ ਮੈਂ ਪਾਪਾ ਨਾ ਟੋੜਾ ਯਾਰ ਇਹ ਨੂੰ ਜਾਂਦੀ ਸ਼ੀਸ਼ੀ ਲੇਬਲ ਨਹੀਂ ਸਹੀ ਹੈ ਇਹਦਾ ਰੰਗ ਪਿਆਰਾ ਵਾ ਰੰਗ ਤਾਂ ਬਹੁਤ ਪਿਆਰਾ ਵਾ ਚੱਲ ਫੜਾ ਦੇ ਫਿਰ ਇੱਧਰ ਆਪਣਾ 220 ਚੁੱਕ ਤੇ ਨਿਕਲਣ ਵਾਲੀ ਗੱਲ ਕਰ ਤੂੰ ਮੇਰਾ ਪੁੱਤ ਇਹਨੂੰ ਚੁਕਾ ਯਾਰ ਮੈਂ ਜਾਵਾਂ ਯਾਰ ਘਰ ਫਿਲਮ ਦੇਖਣ ਤੋਂ ਬੈਠੇ ਪੂਰਾ ਪਿੰਡ ਮੇਰਾ ਇੰਤਜ਼ਾਰ ਕਰਨ ਡਿਆ ਉਹ ਜਿੰਨੇ ਕੁ ਤੂੰ ਪੈਸੇ ਲੈ ਕੇ ਆਇਆ ਨਾ ਤੈਨੂੰ ਮੈਂ ਦੱਸਣ ਡਿਆ ਇੱਥੇ ਜਿਹੜੀ ਲੈਮੀਨੇਸ਼ਨ ਹੁੰਦੀ ਨਾ ਉਹ 1500-2000 ਰੁਪਏ ਦੀ ਹੋਣੀ ਆ ਲੈਮੀਨੇਸ਼ਨ ਕੀ ਹੁੰਦੀ ਜਿਹੜਾ ਇੱਥੇ ਕਵਰ ਹੁੰਦਾ ਵਾ ਭਾਈ ਉਹ ਲੈਮੀਨੇਸ਼ਨ ਦਾ ਬੜਾ ਤੁਹਾਡਾ ਹੀ ਫਾਇਦਾ ਹੋਣਾ ਲੈਮੀਨੇਸ਼ਨ ਕਰਾ ਲਓਗੇ 2000 ਰੁਪਏ ਦੀ ਇਹਦੀ ਲੈਮੀਨੇਸ਼ਨ ਹੋਣੀ ਆ ਉਹਨਾਂ ਸਕ੍ਰੈਚ ਵਗੈਰਾ ਨਹੀਂ ਆਉਂਦੇ ਇੱਥੇ ਤੇ ਫਿਲਮ ਕਿੱਦਾਂ ਦੇਖਣੀ ਫਿਰ ਫਿਲਮ ਤੇ ਨਜ਼ਰ ਆਉਂਦੀ ਰਹਿਣੀ ਆ ਤੇ ਨਾਲੇ ਕਹਿੰਦਾ ਸਕ੍ਰੈਚ ਨਹੀਂ ਨਜ਼ਰ ਆਉਂਦੇ ਤੇ ਫਿਲਮ ਕਿੱਦਾਂ ਨਜ਼ਰ ਆਊਗੀ ਧੋਖਾ ਧੋਖਾ ਕਹਿੰਦਾ ਯਾਰ ਰੁਪਈਆ 2000 ਜਿਹੜਾ ਲੱਗਣਾ ਵਾ ਲੇਕਿਨ ਚੀਜ਼ ਅੱਛੀ ਹੋ ਜਾਏਗੀ ਆਹ 220 ਤੋਂ ਬਾਅਦ ਵੀ 2000 ਲੱਗਣਾ ਓਏ ਇੰਨੇ ਸਾਰੇ ਤਾਂ ਤੂੰ ਲੈ ਲਏ ਆ 220 ਕਿ ਮੈਂ ਤੈਨੂੰ ਦੇਤਾ ਵਾ ਹੈ ਤੇ ਹੋਰ ਓਕੇ ਨਹੀਂ ਹੋਇਆ ਤੇਰਾ ਡਰ ਨਹੀਂ ਤੇਰੇ ਬਹੁਤ ਪੈਣੀਆਂ ਵਾ ਤੈਨੂੰ ਸਮਝ ਨਹੀਂ ਆਉਣੀ ਤੇ ਨਾ ਬਣਿਆ ਕੀ ਆ ਤੇਰੀ ਆਪਣੀ ਫਿਲਮ ਬਣਾ ਦੇਵਾਂਗੇ ਇੱਥੇ ਮੈਂ ਇੱਕ ਮਿੰਟ ਤੋਂ ਪਹਿਲੇ ਯਾਰ ਜੇ ਤੂੰ ਨਹੀਂ ਨਾ ਦੇਣਾ ਕੰਪਿਊਟਰ ਫਿਰ ਮੇਰੀ ਗੱਲ ਤੋੜ ਲਾ ਮੈਂ ਤੈਨੂੰ ਫਿਲਮ ਦੇ ਦਿੰਦਾ ਇੱਥੇ ਜਮਾਂ ਕਰ ਲਾ ਇੱਧਰ ਸਵੇਰ ਤਾਏ ਨੇ ਆਉਣਾ ਵਾ ਉਹਦੇ 3 ਬੱਚਿਆਂ ਨੇ ਆਉਣਾ ਬੇਗਮਾਂ ਵਾ ਉਹਦੇ ਮੁੰਡੇ ਆ ਯਾਨੀ ਕਿ ਅਸੀਂ 15-20 ਜਣੇ ਸੀ ਇੱਥੇ ਆ ਕੇ ਫਿਲਮ ਦੇਖ ਲਿਆ ਕਰਾਂਗੇ ਸਹੀ ਨਹੀਂ ਮੇਰਾ ਮੌਕਾ ਫਿਰ ਕਿੰਨੇ ਲੈਣੇ ਯਾਨੀ ਕਿ ਮੈਨੂੰ ਕੰਮ ਕੋਈ ਨਹੀਂ ਮੈਂ ਤੈਨੂੰ ਲੈਪਟਾਪ ਦੇਣਾ ਉਸ ਤੋਂ ਬਾਅਦ
ਦੁਕਾਨ ਤੇਰੀ ਹੋ ਗਈ ਹੈ 2-2.5 ਘੰਟੇ ਦਾ ਕੰਮ ਆ ਅਸੀਂ ਆਏ ਮੂਵੀ ਦੇਖੀ ਨਾਲੇ ਖਾਣ ਪੀਣ ਦੀ ਟੈਨਸ਼ਨ ਲਈ ਤੇਰੀ ਰੋਟੀ ਵੀ ਲੈ ਕੇ ਆਵਾਂਗੇ ਇੱਥੇ ਸਾਗ ਗੰਨੇ ਹਰ ਸ਼ਾਇਦ ਧਰੀ ਹੋਊਗੀ ਸਹੀ ਹੈ ਆਰਾਮ ਨਾਲ ਤੂੰ ਵੀ ਸਾਡੇ ਨਾਲ 2 ਰੋਟੀਆਂ ਖਾ ਲਿਆ ਕਰੀ ਉਹ ਯਾਰ ਕਿੱਥੋਂ ਆ ਗਿਆ ਸੁਬਾਹ ਸੁਬਾਹ ਤੋਂ ਤੇਰੀ ਰੇਂਜ ਕਿੰਨੀ ਹੈ ਮੈਨੂੰ ਇਹ ਦੱਸ ਦਿਓ ਉਹ ਰੇਂਜ ਦੱਸਣ ਦਾ ਨਿਆ ਤੂੰ ਟੈਨਸ਼ਨ ਨਹੀਂ ਹੋਈ ਪੈਸੇ ਦੀ ਤੂੰ ਮੈਨੂੰ ਚੀਜ਼ ਦਿਖਾਉਣੀ ਆ ਉਹ ਜਿਹਦੇ ਨਾਲ ਜਿਹੜਾ ਵੱਡਾ ਜਿਹਾ ਹੁੰਦਾ ਉਹ ਦੇ ਮੈਨੂੰ ਕੱਢ ਕੇ ਉਹ ਕਿੰਨੀਆਂ ਤਾਰਾਂ ਹੁੰਦੀਆਂ ਉਹਦੇ ਕੱਢ ਕੇ ਮੈਂ ਲੈ ਕੇ ਜਾਵਾਂ ਆਪਣਾ ਸੀਪੀਯੂ ਉਹ ਇਹਦੇ ਨਾਲ ਜਿਹੜਾ ਹੁੰਦਾ ਨੀ ਵੱਡਾ ਬੜਾ ਖੜਾ ਹੁੰਦਾ ਵਾ ਉਹ ਦੇ ਉਹ ਸਿਸਟਮ ਹੈ ਸਿਸਟਮ ਇਹਦੇ ਨਾਲ ਨਹੀਂ ਹੁੰਦਾ ਇਹਦੇ ਵਿੱਚ ਹੀ ਹੁੰਦਾ ਵਾ ਸਾਰਾ ਕੁਛ ਆ ਸਾਰਾ ਸਿਸਟਮ ਹੀ ਆ ਉਹ ਕਿੱਦਾਂ ਭਾਰਤਾਂ ਦੇ ਵਿੱਚ ਪਿੰਡ ਵੱਡਾ ਤੈਨੂੰ ਤਦੀ ਤੇ ਕਹਿੰਦੇ ਲੈਪਟਾਪ ਬੜੀ ਮਹਿੰਗੀ ਆਈਟਮ ਆ ਤੇਰੀ ਪਹੁੰਚ ਤੋਂ ਦੂਰ ਆ ਉਹ ਪਹੁੰਚ ਤੋਂ ਕਾਲਾ ਦੂਰ ਆ ਯਾਰ ਤੂੰ ਆ ਤੈਨੂੰ 220 ਦੇਣ ਡਿਆ ਬਾਕੀ ਹੋਰ ਜਿਹੜੇ ਤੂੰ ਲੈਣੇ 70-80 ਲੈ ਕੇ ਮੈਨੂੰ ਦੇ ਦੇ ਓਏ 220 ਹੁੰਦਾ ਵਾ 2,20,000 ਆਹੋ ਆ ਫੜ 2,20,000 ਕਰ ਉਹਦੇ ਵਿੱਚ ਹੁਣ ਕਰਤਾ ਵਾ ਸਾਰਾ ਫਿੱਟ ਹਾਂ ਠੀਕ ਆ ਇਹ ਸਾਰਾ ਉਹੀ ਚੀਜ਼ ਆ ਇੱਥੇ USB ਲਾਉਣੀ ਆ ਤੇਰੀ ਫਿਲਮ ਚੱਲ ਜਾਣੀ ਆ USB ਕਿਹੜੀ ਉਹ USB ਮਿਲਦੀ ਹੈ ਜਿਹ 'ਚ ਫਿਲਮ ਰਿਕਾਰਡ ਕਰਾਉਣੀ ਉਹਨੂੰ ਤੂੰ ਕਹੇਂਗੇ ਨਾ ਮੂਵੀ ਵਾਲੇ ਨੂੰ ਉਹਨੇ ਤੈਨੂੰ ਆਪੀ ਰਿਕਾਰਡ ਕਰਕੇ ਦੇ ਦੇਣੀ ਆ ਯਾਰ ਮੇਰਾ ਦਿਮਾਗ ਨਾ ਖਰਾਬ ਕਰ ਚੱਲ ਉਹ 25,000 ਰੁਪਏ ਦਾ ਹੈਗਾ ਵਾ ਉਹ ਤੈਨੂੰ ਮਿਲ ਸਕਦਾ ਤੇਰੀ ਰੇਂਜ 'ਚ ਚੱਲ ਸਾਦਾ ਬੰਦਾ ਵਾ ਤੈਨੂੰ 20,000 ਦੇ ਦਾਂਗੇ ਉਹ ਇਹ 'ਚ ਫਿਲਮ ਚੱਲ ਜੂਗੀ ਹਰ ਚੀਜ਼ ਚੱਲੇਗੀ ਇਹਦੇ ਵਿੱਚ ਅੱਛੇ ਤਰੀਕੇ ਨਾਲ ਹਾਂ ਅਤੇ ਵਿਆਹ ਵਾਲੀ ਫਿਲਮ ਜਮ੍ਹਾਂ ਹੋ ਜਾਏਗੀ ਭਾਅ ਜੀ ਜਮ੍ਹਾਂ ਹੋ ਜਾਏਗੀ ਇੱਥੇ ਹਰ ਚੀਜ਼ ਜਮ੍ਹਾਂ ਹੋ ਜਾਏਗੀ ਦੇਖਿਆ ਭਾਜੀ ਮੈਂ ਤੁਹਾਨੂੰ ਕਿੱਥੇ ਦਾ ਕਹਿੰਦਾ ਵੀ ਮੋਟੇ ਬਣਾਓ ਲੋਹੇ ਦੇ ਦੇਗੀ ਲੋਹੇ ਦੇ ਟੁੱਟਣਗੇ ਨੀ ਇੱਥੇ ਬਹਿ ਜ਼ਰਾ ਚੱਲ ਬਹਿਣਾ ਨੀ ਭਾਈ ਚੱਲੀਏ ਬਸ ਟਾਈਮ ਹੋ ਰਿਹਾ ਉਹ ਇੱਧਰ ਬਹਿ ਫੋਨ ਕਰ ਪਿੰਡ 20,000 ਮੰਗਾ ਜਲਦੀ ਕਰ ਭਾਜੀ ਕਿਹਨੂੰ ਕਰਾਂ ਮੈਂ ਕੋਈ ਪੈਲਸ ਹੀ ਹੈ ਨੀਗਾ ਮਿਰਜ਼ਾ ਇੱਧਰ ਆ ਯਾਰ ਭਾਜੀ ਮੈਂ ਆ ਰਿਹਾ ਮੈਂ ਆ ਰਿਹਾ ਇਹਨੂੰ ਬੰਨ ਦੇ ਰਾ ਉੱਥੇ ਨਾਲੇ ਬੰਨਣਾ ਕਾਤੋਂ ਮੈਂ ਕਿਤੇ ਨਹੀਂ ਜਾਂਦਾ ਭਾਜੀ ਜਵਾਨ ਚੋਂ ਕਰਾਉਣੇ ਤੁਹਾਡਾ ਮੈਨੂੰ ਬੰਨਣਾ ਕਾਤੋਂ ਹੋਣਾ ਮੈਂ ਕਰ ਲੈਣਾ ਹੱਲ ਤੂੰ ਫੋਨ ਬੰਨਣਾ ਕਾਤੋਂ ਵੀ ਮੈਂ ਦੋਦਾ ਵਾ ਪੈਸਿਆਂ ਦੀ ਟੈਨਸ਼ਨ ਨਹੀਂ ਲੈਣੀ ਇਹਨੂੰ ਬੰਨ ਥੱਲੇ ਬਾ ਇਹਨੂੰ ਤੇ ਟੈਨਸ਼ਨ ਕਾਤੋਂ ਲੈਣੀ ਇਹਨੂੰ ਬਾ ਯਾਰ ਥੱਲੇ ਬਾ ਇਹਨੂੰ ਨਹੀਂ ਜਦੋਂ ਪਾਉਣਾ ਹੀ ਫਿਰ ਥੱਲੇ ਜ਼ਰੂਰ ਪਾਉਣਾ ਕੁਰਸੀ ਤੇ ਬਿਠਾ ਲਓ ਤੈਨੂੰ ਮੈਂ ਬਿਠਾਉਣਾ ਕੁਰਸੀ ਤੇ ਤੂੰ ਜਿਹੜਾ ਸੋਹਰੇ ਆਇਆ ਨਾ ਨਾਲੇ ਬਿਠਾਉਣਾ ਕਾਤੋਂ ਭਾਜੀ ਮੈਨੂੰ ਖਾਰਾ ਲਾਉਣਾ ਵਾ ਤੁਸੀਂ ਇਦਾਂ ਮੈਨੂੰ ਜਾਣ ਦਾ ਪੁਰ ਕਰਾ ਦਿਓ ਭਾਜੀ ਅਸੀਂ ਪੁਰ ਕਰਾ ਦਿਓ 20,000 ਰੁਪਏ ਤੁਹਾਨੂੰ ਨੁਕਸਾਨ ਕਰਤਾ ਵਾ ਇਹ 20,000 ਦਾ ਮੈਨੂੰ ਹੁਣ ਪਤਾ ਸੀ ਤੁਸੀਂ ਨੁਕਸਾਨ ਵਾਲਾ ਸੋਟਾ ਇਹਨੂੰ ਨਾਲੇ ਨਾ ਬੰਨ ਮਿਰਜ਼ਾ ਨਾਲੇ ਨਾ ਨਹੀਂ ਭਾਜੀ ਜਦੀਦ ਦੌਰ ਆ ਤੂੰ ਸ਼ੈ ਮੰਗਾ ਲਓ ਸੰਗਲ ਮੰਗਾ ਲਓ ਨਾਲੇ ਤੁਹਾਨੂੰ ਜੋ ਪਤਾ ਤੁਹਾਡੇ ਲੈਪਟਾਪ ਡਿੱਗਦੇ ਤੁਸੀਂ ਰੱਖਿਆ ਇੱਥੋਂ ਕਾਤੋਂ ਇਹ ਤਾਂ ਹਰ ਦੱਸਦਾ ਤੁਹਾਨੂੰ ਮੈਂ ਕਿਹਾ ਭਾਈ ਤੈਨੂੰ ਮੈਂ ਦੱਸਦਾ ਵਾਂ ਤੇ ਬੈਠ ਥੱਲੇ ਲੈ ਹੈ ਬੈਠ ਥੱਲੇ ਠਹਿਰ ਜਾ ਇੱਕ ਮਿੰਟ ਸਬਰ ਕਰ ਤੂੰ ਮੇਰੀ ਗੱਲ ਸੁਣ ਭਾਈ ਇੱਥੋਂ ਨਾ ਫੜ ਇੱਥੋਂ ਨਾ ਫੜ ਇੱਥੋਂ ਫੜਨਾ ਦੱਸ ਇੱਥੋਂ ਫੜ ਲਾ ਇੱਥੋਂ ਐਵੇਂ ਕਲਰ ਗੰਦਾ ਹੋਣਿਆ ਤੇਰੀ ਮਿਹਰਬਾਨੀ ਤੇਰਾ ਮੈਂ ਕਰ ਲੈਣਾ ਲਾਈ ਬੜੀਆਂ ਗੱਲਾਂ ਕਰਦਾ ਸੀ ਨਾ ਬੜੇ ਪੈਸੇ ਆ ਮੇਰੇ ਕੋ ਹੈ ਪੈਸਿਆਂ ਦੀ ਟੈਨਸ਼ਨ ਨਹੀਂ ਲੈਣੀ ਤੈਨੂੰ ਮੈਂ ਬਣਾਉਣਾ ਤੇਰਾ ਤੇਰੀ ਵੀਡੀਓ ਐ ਕੋਈ ਇੱਜ਼ਤ ਨਹੀਂ ਹੈ ਹੈ ਐ ਇੱਜ਼ਤ ਨਹੀਂ ਹੈ ਅਗਲੇ ਵਾਰ ਚਾਹ ਵੀ ਤੂੰ ਪੀ ਗਿਆ ਮੇਰੀ ਤੇਰੀ ਇੱਜ਼ਤ ਕੀਤੀ ਸੀ ਆ ਤੈਨੂੰ ਚਾਹ ਦਾ ਗੁੱਸਾ ਕੰਪਿਊਟਰ ਤੇਰਾ ਕੋਈ ਮਹਿੰਗਾ ਨਹੀਂ ਸੀ ਆ ਤੈਨੂੰ ਚਾਹ ਦਾ ਕਰ ਲੈਣਾ ਤੇਰਾ ਮੈਂ ਹੱਲ ਕੋਈ ਨਹੀਂ ਮੈਂ ਸਾਡਾ ਵੀ ਅੱਲਾ ਦਾ ਕਿਸਾਨ ਵੀ ਮਰੇ ਹੋਇਆ